ਅੱਜ ਦੀ ਰੈਸਪੀ ਹੈ ਪੰਜਾਬ ਦੀ ਬਹੁਤ ਫੇਮਸ ਛੋਲੀਆ। ਛੋਲੀਆ ਜਿਹੜਾ ਹੈਗਾ ਵੇ ਪੰਜਾਬ ਦਾ ਬਹੁਤ ਹੀ ਅੱਛਾ ਪ੍ਰੋਡਕਟ ਹੈ, ਭਾਵੇਂ ਅੱਜ ਕੱਲ੍ਹ ਬਹੁਤ ਘੱਟ ਬੀਜਿਆ ਜਾਂਦਾ ਹੈ, ਪਰ ਹਰਾ ਛੋਲੀਆ ਖਾਣ ਦੇ ਲੋਕ ਬਹੁਤ ਜ਼ਿਆਦਾ ਸ਼ੌਕੀਨ ਨੇ। ਮੈਂ ਬੂਟੇ ਲਿਆ ਕੇ ਅਤੇ ਆਪਣੇ ਹੱਥਾਂ ਦੇ ਨਾਲ ਇਹ ਹਰਾ ਛੋਲੀਆ ਜਿਹੜਾ ਵੇ ਉਹ ਕੱਢ ਲਿਆ ਅਤੇ ਇਹਨੂੰ ਬਣਾਉਣ ਵਾਸਤੇ ਮੈਂ ਛੋਲੀਏ ਦੇ ਬਣਾਵਾਂਗੀ। ਇੱਕ ਗੱਲ ਤਾਂ ਦੱਸਣਾ ਭੁੱਲ ਗਈ ਵੀ ਮੈਂ ਬਣਾਉਣੇ ਆ ਛੋਲੀਏ ਦੇ ਚਾਵਲ। ਛੋਲੀਆ ਬੜੇ ਤਰੀਕੇ ਨਾਲ ਬਣ ਸਕਦਾ ਹੈ, ਆਲੂ ਛੋਲੀਆ ਬਣਦਾ ਹੈ, ਲੋਕ ਛੋਲੀਆ ਪਨੀਰ ਵੀ ਬਣਾਉਂਦੇ ਨੇ, ਛੋਲੀਏ ਦੀ ਚਟਨੀ ਵੀ ਮੇਰੀ ਮਾਂ ਬਣਾਉਂਦੀ ਹੁੰਦੀ ਸੀ, ਛੋਲੀਏ ਦੇ ਰੋਟੀਆਂ ਵੀ ਬਣਦੀਆਂ ਨੇ ਕੁੱਟ ਕੇ, ਲੇਕਿਨ ਅੱਜ ਮੈਂ ਬਣਾ ਰਹੀ ਹਾਂ ਛੋਲੀਏ ਦੀ ਚਟਨੀ। ਚਟਨੀ ਥੋੜ੍ਹੀ ਬਣਾ ਰਹੀ ਹਾਂ, ਮੈਂ ਤਾਂ ਬਣਾ ਰਹੀ ਹਾਂ ਛੋਲੀਏ ਦੇ ਚਾਵਲ। ਇਹਦੇ ਵਿੱਚ ਕੋਈ ਖਾਸ ਕਰਾਮਾਤ ਵਾਲੀ ਚੀਜ਼ ਕੋਈ ਨਹੀਂ ਹੈ, ਬਹੁਤ ਹੀ ਆਸਾਨ ਬਣਨ ਵਾਲੀ ਰੈਸਪੀ ਹੈਗੀ ਹੈ। ਵੀ ਪਹਿਲਾਂ ਅਸੀਂ ਘੀ ਜਿਹੜਾ ਵੇ ਉਹ ਦੇਸੀ ਘੀ 'ਚ ਬਣਦੀ ਹੈ ਵੀ, ਇਹ ਗੱਲ ਦੱਸਦੇ ਹਾਂ, ਐਵੇਂ ਬਾਕੀ ਚੀਜ਼ਾਂ 'ਚ ਬਣਾਉਂਦੇ ਰਹੋ ਨਾ ਉਹ ਟੇਸਟ ਆਉਂਦਾ ਨਾ ਕੋਈ ਚੰਗੀ ਲੱਗਦੀ ਹੈ ਚੀਜ਼, ਇਹਨੂੰ ਤਾਂ ਦੇਸੀ ਘੀ ਹੀ ਵਧੀਆ ਬਣਾਉਂਦਾ। ਅਤੇ ਇਹ ਆਪਾਂ ਇਹਦੇ ਵਿੱਚ ਸਿੱਧੇ ਪਹਿਲਾਂ ਛੋਲੀਆ ਜਿਹੜਾ ਉਹ ਪਾ ਦੇਣਾ। ਛੋਲੀਆ ਮੈਂ ਕੱਢ ਕੇ ਅਤੇ ਧੋ ਲਿਆ। ਦੇਖੋ ਪੰਜਾਬ ਦੇ ਵਿੱਚ ਕਿਸੇ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਜਦੋਂ ਇਹ ਛੋਲੀਆ ਹੁੰਦਾ, ਤੁਸੀਂ ਕਿਸੇ ਘਰ ਚਲੇ ਜਾਓ ਤਾਂ ਤੁਹਾਨੂੰ ਛੋਲੀਏ ਦੀ ਸਬਜ਼ੀ ਜਿਹੜੀ ਹੈ ਉਹ ਆਮ ਕਰਕੇ ਹੀ ਮਿਲ ਜਾਂਦੀ ਹੈ। ਇਹ ਨਾ ਉੱਡਦਾ, ਇਸ ਕਰਕੇ ਇਹਨੂੰ ਮੈਂ ਥੋੜ੍ਹਾ ਜਿਹਾ ਢੱਕਣ ਦੇ ਦਿੰਦਾ। ਇਹਦੀ ਹੋਰ ਵੀ ਗੱਲ ਦੱਸਾਂ ਵੀ ਇਹਦੇ ਦੋ ਤਰੀਕੇ ਨੇ। ਇੱਕ ਤਾਂ ਇਹ ਕਿ ਚਾਵਲਾਂ ਨੂੰ ਤੁਸੀਂ ਚੰਗੀ ਤਰ੍ਹਾਂ ਉਬਾਲ ਲਓ, ਉਬਾਲ ਕੇ ਇੱਕ ਪਣੀ ਜਿਹੜੀ ਹੈ ਉਹ ਰਹਿਣ ਦਿਓ ਅਤੇ ਇਹ ਤੜਕਾ ਲਗਾ ਕੇ ਵਿੱਚ ਨਮਕ ਪਹਿਲਾਂ ਹੀ ਪਾ ਲਓ ਉਹਦੇ ਚਾਵਲਾਂ ਦੇ, ਅਤੇ ਤੜਕਾ ਲਗਾ ਕੇ ਅਤੇ ਇਹਦੇ ਵਿੱਚ ਤੁਸੀਂ ਚਾਵਲ ਜਿਹੜੇ ਹੈ ਮਿਕਸ ਕਰ ਲਓ। ਉਹ ਤਾਂ ਹੈਗੀ ਹੈ ਬਹੁਤ ਈਜ਼ੀ ਰੈਸਪੀ, ਇਹ ਵੀ ਈਜ਼ੀ ਹੈ, ਲੇਕਿਨ ਇਹ ਚਾਵਲਾਂ ਦੇ ਵਿੱਚ ਛੋਲਿਆਂ ਦਾ ਜਿਹੜਾ ਸਵਾਦ ਹੈ ਉਹ ਆਵੇ, ਇਸ ਕਰਕੇ ਅਸੀਂ ਉਹ ਚਾਵਲ ਜਿਹੜੇ ਹੈ ਇਹ ਛੋਲੀਆ ਜਿਹੜਾ ਪਹਿਲਾਂ ਪਾ ਕੇ ਅਤੇ ਫਿਰ ਮੈਂ ਪਾਣੀ ਨੂੰ ਹੁਣ ਕੀ ਕਰਨਾ ਹੈ। ਅਸੀਂ ਇੱਕ ਮੈਨੂੰ ਹੈਗਾ ਸਪੂਨ, ਇਹਦੇ ਵਿੱਚ ਥੋੜ੍ਹਾ ਜਿਹਾ ਮੈਂ ਨਮਕ ਪਾ ਲੈਣਾ। ਦੇਖੋ ਛੋਲੀਆ ਆਪਾਂ ਕੱਚਾ ਵੀ ਖਾ ਲੈਂਦੇ ਹਾਂ, ਸੋ ਦੈਟ ਇੰਨਾ ਜ਼ਿਆਦਾ ਵੀ ਕੋਈ ਪਕਾਉਣ ਦੀ ਲੋੜ ਨਹੀਂ ਹੈਗੀ। ਅਸੀਂ ਘੀ ਦੇ ਵਿੱਚ ਪਾ ਲਿਆ, ਦੇਖੋ ਬਹੁਤ ਸੋਹਣਾ ਇਹ ਗ੍ਰੀਨ ਕਲਰ ਇਹਦਾ ਹੈਗਾ, ਅਤੇ ਇੰਨਾ ਗ੍ਰੀਨ ਤਾਂ ਬਣ ਕੇ ਇਹਨੇ ਨਹੀਂ ਰਹਿਣਾ, ਪਰ ਫਿਰ ਵੀ ਗ੍ਰੀਨ ਹੈ ਅਤੇ ਰਹੇਗਾ ਥੋੜ੍ਹਾ ਬਹੁਤ। ਅੱਛਾ, ਇਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਕੁਛ ਖਾਸ ਨਹੀਂ ਪਾਉਣਾ, ਇੱਕ ਚੀਜ਼ ਮੈਂ ਐਡ ਕਰਾਂਗੀ, ਜਾਂ ਤਾਂ ਇਹਦੇ ਵਿੱਚ ਥੋੜ੍ਹਾ ਜਿਹਾ ਨਿੰਬੂ ਨਿਚੋੜ ਲਓ ਅਤੇ ਜਾਂ ਆਪਾਂ ਸਿਰਕਾ ਪਾ ਲਾਂਗੇ, ਦੇਖਦੀ ਹਾਂ ਕੀ ਪਾਉਂਦੀਆਂ ਨੇ, ਮੇਰੀ ਕੀ ਮਰਜ਼ੀ ਬਣਦੀ ਹੈ। ਅਤੇ ਇਹ ਸਵਾਦ ਇੰਨੇ ਹੁੰਦੇ ਨੇ, ਇੰਨੇ ਹੁੰਦੇ ਨੇ ਵੀ ਇਹਨੂੰ ਚਾਹ ਨਾਲ ਹੈ, ਸਨੈਕਸ ਵੀ ਖਾਓ, ਵੈਸੇ ਡਿਨਰ 'ਚ, ਈਵਨ ਬ੍ਰੇਕਫਾਸਟ ਵਿੱਚ ਵੀ ਖਾਓ, ਅਤੇ ਇਸ ਦੇ ਖਾਣ ਦਾ ਬਹੁਤ ਹੀ ਮਜ਼ਾ ਆਉਂਦਾ। ਇਹ ਜੀ ਹੁਣ ਸਾਡੇ ਤਕਰੀਬਨ ਇਹ ਜਿੰਨੇ ਕੁ ਅਸੀਂ ਪਕਾਉਣੇ ਨੇ ਉਹਨੇ ਪੱਕ ਰਹੇ ਨੇ, ਅਤੇ ਮੈਂ ਚਾਵਲਾਂ ਦਾ ਪਾਣੀ ਡਰੇਨ ਕਰਕੇ ਇਹ ਮੈਂ ਇੱਕ ਗੱਲ ਦੱਸਦਿਆਂ ਤੁਹਾਨੂੰ, ਇਹ ਵਾਲਾ ਮੈਂ ਅੱਧਾ ਗਲਾਸ ਚਾਵਲਾਂ ਦਾ ਲਿਆ ਅਤੇ ਇਹ ਮੇਰੇ ਕੋਲ ਛੋਲੀਆਂ ਸੀ। ਛੋਲੀਆਂ ਦਾ ਜਿੰਨਾ ਮਰਜ਼ੀ ਪਾ ਲਓ ਬੜਾ ਸਵਾਦ ਲੱਗਦਾ ਇਹਦੇ ਵਿੱਚ। ਹੁਣ ਅਸੀਂ ਕੀ ਕਰਾਂਗੇ, ਇਹਦੇ ਵਿੱਚ ਚਾਵਲ ਪਾਵਾਂਗੇ, ਇਹ ਮੈਂ ਪਾ ਕੇ ਚਾਵਲ, ਅਜੇ ਮੈਂ ਪਾਣੀ ਜਰਾ ਵੀ ਨਹੀਂ ਪਾ ਰਹੀ, ਵਿਦਾਊਟ ਪਾਣੀ ਹੀ ਚਾਵਲ ਪਾਵਾਂਗੀ। ਇਹ ਮੈਂ ਪਾ ਕੇ ਚਾਵਲ ਅਤੇ ਇਹਨਾਂ ਨੂੰ ਹੁਣ ਮੈਂ ਦੁਬਾਰਾ ਹਲਾ ਲਾਂਗੀ। ਮੇਰੇ ਬੱਚਿਆਂ ਦੀ ਤਾਂ ਇੰਨੀ ਮਨਪਸੰਦ ਚੀਜ਼ ਹੈ ਨਾ, ਉਹ ਤਾਂ ਇਹਨੂੰ ਜਦੋਂ ਸਕੂਲੋਂ ਆਉਂਦੇ ਸੀ ਨਾ, ਮੈਂ ਇਸ ਮੌਸਮ ਵਿੱਚ ਕਈ ਵਾਰੀ ਇਸ ਚਾਵਲ ਦੇ ਛੋਲੀ ਵਾਲੇ ਬਣਾ ਦਿੰਦੀ। ਇਹਦੇ ਵਿੱਚ ਇੱਕ ਹੋਰ ਵੀ ਹੈ,
ਵੀ ਅੱਜ ਕੱਲ੍ਹ ਕੱਢੇ ਕਢਾਇਆ ਵੀ ਮਿਲਦਾ ਹੈ ਛੋਲੀਆ, ਪਰ ਜੋ ਮਜ਼ਾ ਕੱਢ ਕੇ ਖਾਂਦਾ ਤੇ ਜਿੰਨੇ ਵਧੀਆ ਇਹ ਹੁੰਦੇ ਨੇ ਓਨੇ ਵਧੀਆ ਕੱਢੇ ਹੋਏ ਨਹੀਂ ਹੁੰਦੇ। ਕੱਢੇ ਹੋਏ ਚਕਲੇ ਉਹਨੇ ਮਿਕਸ ਕਰਕੇ ਪਾਏ, ਕੁਝ ਪੱਕੇ ਕੁਝ ਕੱਚੇ, ਆਪਾਂ ਵੇਖ ਕੇ ਲਿਆਉਂਦੇ ਹਾਂ ਕੱਚੇ ਕੱਚੇ। ਅੱਛਾ ਹੁਣ ਮੈਂ ਨਾ ਇਹਦੇ 'ਚ ਡਬਲ ਪਾਣੀ ਪਾਉਣਾ। ਮੈਂ ਅੱਜ ਇੱਕ ਗੱਲ ਤੁਹਾਨੂੰ ਇਹ ਦੱਸਣ ਲੱਗੀ ਸੀ ਵੀ ਮੈਂ ਇੰਨੇ ਚਾਵਲ ਲਏ ਸੀ ਦੇਖੋ ਪਾਣੀ ਜਿੰਨਾ, ਹੁਣ ਜੇ ਮੈਂ ਇੱਕ ਗਲਾਸ ਭਰ ਕੇ ਚਾਵਲਾਂ ਦੇ ਵਿੱਚ ਪਾਣੀ ਦਾ ਪਾ ਦਿੰਦੀ ਹਾਂ ਤਾਂ ਮੈਂ ਲੈ ਗਏ ਚਾਵਲ ਥੱਲੇ ਚੌੜੇ ਵਾਲੇ, ਉੱਤੇ ਜੇਕਰ ਮੈਂ ਪਾਣੀ ਇਹ ਗਲਾਸ ਭਰ ਕੇ ਪਾ ਤਾ ਇਟ ਮੀਨਸ ਇਹ ਘੱਟ ਰਹਿ ਜਾਏਗਾ। ਇਸ ਕਰਕੇ ਮੈਂ ਦੋ ਵਾਰੀ ਪਾਵਾਂਗੀ ਅੱਧਾ ਅੱਧਾ ਗਲਾਸ ਜਿੰਨੇ ਮੈਂ ਚਾਵਲ ਲਏ ਨੇ। ਅਗਲਾ ਮੇਰਾ ਹੈਗਾ ਕਿ ਚਾਵਲ ਜਿਹੜੇ ਨੇ ਮੈਂ ਲਏ ਨੇ ਸ਼ੂਗਰ ਫ੍ਰੀ, ਸ਼ੂਗਰ ਫ੍ਰੀ ਚਾਵਲ ਜਿਹੜੇ ਨੇ ਮਾਰਕੀਟ ਦੇ ਵਿੱਚ ਮਿਲ ਜਾਂਦੇ ਨੇ ਕਿਉਂਕਿ ਮੈਂ ਨਹੀਂ ਖਾਣੇ ਹੁੰਦੇ ਚਾਵਲ ਜ਼ਿਆਦਾ, ਅਤੇ ਜਿੰਨੇ ਖਾਣੇ ਹੁੰਦੇ ਨੇ ਮੈਂ ਸ਼ੂਗਰ ਫ੍ਰੀ ਖਾਂਦੀ ਹਾਂ। ਡਾਇਬਟਿਕ ਲੋਕ ਜਿਹੜੇ ਨੇ ਉਹ ਇਹ ਸ਼ੂਗਰ ਫ੍ਰੀ ਚਾਵਲ ਮਜ਼ੇ ਨਾਲ ਖਾਣ, ਮਜ਼ੇ ਮਤਲਬ ਵੀ ਜਿਹੜੇ ਨਹੀਂ ਖਾਂਦੇ ਉਹ ਖਾ ਸਕਦੇ ਨੇ ਅਤੇ ਆਨੰਦ ਲੈ ਸਕਦੇ ਨੇ ਇਸ ਚਾਵਲਾਂ ਦਾ। ਅਤੇ ਇਹਨੂੰ ਹੁਣ ਮੈਂ ਢੱਕ ਦੇਣਾ, ਇੱਕ ਬੋਇਲ ਆਏਗਾ ਉਸ ਤੋਂ ਬਾਅਦ ਇਹਨੂੰ ਆਹਿਸਤਾ ਵੀ ਕਰ ਦਾਂਗੀ ਅਤੇ ਫਿਰ ਦਿਖਾਉਂਦੀ ਹਾਂ ਇਹ ਕਿੱਦਾਂ ਪੱਕੇ। ਆਪਣਾ ਇਹਦੇ ਵਿੱਚ ਨਾ ਅਸੀਂ ਥੋੜ੍ਹਾ ਜਿਹਾ ਸਿਰਕਾ ਜਿਹੜਾ ਹੈ ਉਹ ਹੁਣ ਇਸ ਸਟੇਜ ਦੇ ਉੱਤੇ ਪਾ ਦਿੰਦੇ ਹਾਂ ਜੋ ਅਜੇ ਹਾਫ ਡਨ ਹੋਏ ਨੇ, ਦੋ ਚਮਚ ਸਿਰਕੇ ਦੇ। ਔਰ ਸਿਰਕਾ ਮੈਂ ਸਿੰਥੈਟਿਕ ਨਹੀਂ ਯੂਜ਼ ਕਰ ਰਹੀ, ਇਹ ਨੈਚੁਰਲ ਹੈ ਔਰ ਇਸ ਸਿਰਕੇ ਦਾ ਕੋਈ ਨੁਕਸਾਨ ਨਹੀਂ ਹੁੰਦਾ, ਗਲਾਇਆ ਗੁਲਾ ਇਹਦੇ ਨਾਲ ਖਰਾਬ ਨਹੀਂ ਹੁੰਦਾ। ਅਤੇ ਇਹਨੂੰ ਆਪਾਂ ਨਾ ਇੱਕ ਵਾਰੀ ਦੁਬਾਰਾ ਹਿਲਾ ਕੇ ਇੱਦਾਂ, ਅਤੇ ਬਸ ਹੁਣ ਫਿਰ ਢੱਕ ਦੇਣਾ ਅਸੀਂ ਅਤੇ ਇਸ ਨੇ ਹੋਰ 5-7 ਮਿੰਟ ਤੱਕ ਪੱਕ ਜਾਣਾ। 5-7 ਮਿੰਟ ਹੋ ਗਏ ਰੱਖਿਆ ਨੂੰ, ਆਪਾਂ ਚੈੱਕ ਕਰ ਲੈਂਦੇ ਹਾਂ ਵੀ ਬਣੇ ਨੇ ਜਾਂ ਕਿੱਦਾਂ। ਪਾਣੀ ਤਾਂ ਨਹੀਂ ਅਜੇ ਹੈਗਾ ਵਿੱਚ, ਨਾ ਪਾਣੀ ਤਾਂ ਸੁੱਕ ਗਿਆ। ਉਹ ਵੈਰੀ ਨਾਈਸ ਵਨ, ਦੇਖੋ ਕਿੰਨੇ ਸੋਹਣੇ ਖਿਲੇ ਖਿਲੇ। ਮੈਂ ਅੱਗੇ ਵੀ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਚਾਵਲਾਂ ਨੂੰ ਬਹੁਤ ਕਿਹੜੇ ਕਿਹੜੇ ਬਣਾਉਣ ਦਾ ਇੱਕੋ ਇੱਕ ਤਰੀਕਾ ਜਿਹੜਾ ਕਿ ਚਾਵਲਾਂ ਨੂੰ ਹਿਲਾਉਣਾ ਵੀ ਨਹੀਂ ਹੈ ਔਰ ਇੱਕ ਉਬਾਲਾ ਆਉਣ ਤੋਂ ਬਾਅਦ ਆਪਾਂ ਆਹਿਸਤਾ ਕਰ ਦੇਣੇ ਨੇ। ਦੇਖੋ ਬਿਲਕੁਲ ਚਾਵਲ ਆਪਣੇ ਪੱਕ ਗਏ ਨੇ ਔਰ ਆਈ ਥਿੰਕ ਹਾਂ ਇਹ ਵੀ ਚਨੇ ਵੀ ਜਿਹੜੇ ਗ੍ਰੀਨ ਵਾਲੇ ਨੇ ਉਹ ਪੱਕ ਗਏ ਨੇ। ਹੁਣ ਆਪਾਂ ਇਹਨੂੰ ਪਾ ਦਿੰਦੇ ਹਾਂ ਇੱਧਰ, ਖਿੜੇ ਖਿੜੇ ਛੋਲੀਏ ਵਾਲੇ ਚਾਵਲ ਬਣਾਓ, ਆਪ ਖਾਓ, ਆਪਣੇ ਬੱਚਿਆਂ ਨੂੰ ਖਵਾਓ, ਮਹਿਮਾਨਾਂ ਨੂੰ ਖਵਾਓ ਔਰ ਆਪਣੇ ਡਾਇਨਿੰਗ ਟੇਬਲ, ਆਪਣੇ ਕਿਚਨ ਦੀ ਟੇਬਲ ਦੀ ਸ਼ੋਭਾ ਨੂੰ ਵਧਾਓ। ਅਤੇ ਕਦੀ ਕਦੀ ਮੈਨੂੰ ਵੀ ਮੇਰੇ ਵਾਸਤੇ ਵੀ ਥੋੜ੍ਹਾ ਕਦੀ ਸ਼ੇਅਰ ਸਬਸਕ੍ਰਾਈਬ, ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਕਰ ਛੱਡਿਆ ਕਰੋ, ਅਤੇ ਸੁਜੈਸ਼ਨ ਬਾਕਸ ਵਿੱਚ ਮੈਨੂੰ ਆਪਣੇ ਸੁਜੈਸ਼ਨ ਜ਼ਰੂਰ ਦਿਆ ਕਰੋ ਤਾਂ ਕਿ ਤੁਹਾਡੇ ਮਨ ਪਸੰਦ ਦੀਆਂ ਅਤੇ ਬਹੁਤ ਆਲਾ ਜਿਹੜੀਆਂ ਰੈਸਪੀਜ਼ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਾਂ। ਅਤੇ ਆਪਾਂ ਇਹਨੂੰ ਜ਼ਰਾ ਕੁ ਟੇਸਟ ਕਰਕੇ ਵੀ ਦੇਖ ਲੈਂਦੇ ਹਾਂ। ਵਾਹ, ਇਟਸ ਡਿਲੀਸ਼ੀਅਸ ਲਾਈਕ ਐਨੀਥਿੰਗ। ਥੈਂਕ ਯੂ ਵੈਰੀ ਮੱਚ।